ਪੰਜਾਬ ਸਰਕਾਰ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜੋ ਨਵਾਂ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਸੀ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਇਹ ਫੈਸਲਾ ਕੀਤਾ ਕਿ ਗੁਰਦੁਆਰਾ ਜਿਹੜਾ ਐਕਟ ਹੈ ਉਸ ਦੇ ਵਿੱਚ ਸੋਧ ਕੀਤੀ ਜਾਵੇਗੀ ਤੇ ਉਸ ਦੇ ਮੁਤਾਬਕ ਸਾਰੇ ਦੇ ਸਾਰੇ ਅਧਿਕਾਰ ਜਿਹੜੇ ਹੈਗੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਣਗੇ ਪਰ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸ਼ਰੋਮਣੀ ਕਮੇਟੀ ਨੇ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਉੱਪਰ ਸਿੱਧੇ ਸਿੱਧੇ ਇਲਜ਼ਾਮ ਲਗਾਏ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਚਿੰਤਾ ਨਾ ਕਰਨ ਪੰਜਾਬ ਦੇ ਵਿੱਚ ਤਰੱਕੀ ਦੀ ਚਿੰਤਾ ਉਕਰਨ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਉਹ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਸੀਐਮ ਭਗਵੰਤ ਮਾਨ ਅਜਿਹਾ ਕਰ ਰਹੇ ਨੇ ਤਾਂ ਉਹਨਾਂ ਨੇ ਇੱਕ ਦਾਵਾ ਕੀਤਾ ਸੀ ਕਿ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਉਹ ਸਟੇਟ ਦਾ ਸਬਜੈਕਟ ਨਹੀਂ ਹੈ ਯਾਨੀ ਕਿ ਸਟੇਟ ਦਾ ਮੁੱਦਾ ਨਹੀਂ ਹੈ ਉਸ ਨੂੰ ਸਿਰਫ ਸੰਸਦ ਹੀ ਜਿਹੜੀ ਹੈ ਉਹ ਉਸ ਦੇ ਵਿੱਚ ਸੋਧ ਕਰ ਸਕਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਕੀ ਕਿਹਾ ਸੀ ਇੱਕ ਵਾਰ ਸੁਣਦੇ ਆ ਜਿਹੜੀ ਇਸ ਐਕਟ ਦੇ ਵਿੱਚ ਅਮੈਂਡਮੈਂਟ ਕਰਨ ਦੀ ਗੱਲ ਆ। ਇਹ ਸਟੇਟ ਨੂੰ ਕੋਈ ਅਧਿਕਾਰ ਨਹੀਂ ਗਾ। ਉਹ ਕਾਨੂੰਨਨ ਤੌਰ ਦੇ ਉੱਤੇ ਬਿਲਕੁਲ 바 ਰਿਆ ਇਹਦੇ ਵਿੱਚ ਇਹ ਕੁਝ ਵੀ ਨਹੀਂ ਕਰ ਸਕਦੇ। ਦੂਸਰਾ ਇੱਕ ਮਸਲਾ ਵੱਡਾ ਗੰਭੀਰ ਆ ਕਿ ਇਹ ਗੁਰਵਾਣੀ ਦੀ ਲਾਈਵ ਟੈਲੀਕਾਸਟ ਆ। ਜੇ ਇਸ ਗੁਰਸ਼ਾਬਤ ਤੋਂ ਸਮੁੱਚੀ ਦੁਨੀਆ ਨੇ ਸੇਧ ਲੈਣੀ ਆ। ਇਦੇ ਉੱਤੇ ਕੋਈ ਵਿਵਾਦ ਖੜਾ ਕੀਤਾ ਜਾਵੇ ਮੈਂ ਸਮਝਦਾ ਇਹ ਵੀ ਇੱਕ ਤਰਸ ਜੋ ਗੱਲ ਆ ਇਹ ਸੋ ਪਹਿਲੀ ਤਾਂ ਗੱਲ ਇਹ ਆ ਭਈ ਇਹ ਬਿਲਕੁਲ ワਲਡਵਾਈਡ ਜਾ ਰਿਹਾ ਉਹਦੇ ਵਿੱਚ ਕੋਈ ਪੈਸਾ ਕਿਸੇ ਕੋਲੋਂ ਨਹੀਂ ਲਿਆ ਜਾ ਰਿਹਾ ਤੇ ਹੁਣ ਜਿਹੜਾ ਜੁਲਾਈ ਦੇ ਵਿੱਚ ਇਹ ਪੂਰਾ ਹੋ ਜਾਣਾ ਚੈਨਲ ਦੇਖੋ ਦੋ ਤਰ੍ਹਾਂ ਨਾਲ ਪਹਿਲਾਂ ਸੀ ਭਈ ਇਹਨਾਂ ਦਾ ਜਨਮ ਸਿੱਧ ਅਧਿਕਾਰ ਆ ਹੁਣ ਅਸੀਂ ਓਪਨ ਟੈਂਡਰ ਕੀਤੇ ਹੁਣ ਅਸੀਂ ਓਪਨ ਟੈਂਡਰ ਨਹੀਂ ਹੋਣ ਦੇਣੇ ਕੀ ਮੈਂ ਪੁੱਛਣਾ ਚਾਹਣਾ ਫੇ ਹੁਣ ਇਹ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਹੀਂ ਨਿਮਰਤਾ ਸਹਿਤ ਇਹਨੂੰ ਬੇਨਤੀ ਇਹਨਾਂ ਨੂੰ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਦੇ ਤੁਹਾਡੇ ਪ੍ਰਧਾਨ ਕੇਜਰੀਵਾਲ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਸੂਬੇਦਾਰ ਨਾ ਬਣੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡਿਵੈਲਪਮੈਂਟ ਤੇ ਹੋਰ ਕਾਰਜਾਂ ਦੇ ਵਿੱਚ ਤਵੱਜਹ ਦੇਣੀ ਆ ਧਰਮ ਦੇ ਵਿੱਚ ਗਰਵਾਣੀ ਦੀ ਚਿੰਤਾ ਨਾ ਕਰੋ ਇਹ ਛੇਤੀ ਤੁਹਾਨੂੰ ਇਹਦਾ ਫਰੂਟਫੁੱਲ ਐਕਟ ਜਿਹੜਾ ਸਾਹਮਣੇ ਆ ਜਾਊਗਾ ਕਿਉਂਕਿ ਇੱਕ ਧਿਰ ਬਣ ਕੇ ਅਸੀਂ ਨਾ ਹੈ ਤੇ ਨਾ ਅਸੀਂ ਧਿਰ ਬਣਨਾ ਅਸੀਂ ਤਾਂ ਉਹ ਗੱਲ ਕਰਾਂਗੇ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਾਰਥਕ ਤੌਰ ਤੇ ਉਹ ਸਾਡੇ ਨਾਲ ਚੱਲੇ ਜਿੱਥੋਂ ਤੱਕ ਹੁਣ ਇਹ ਕਾਨੂੰਨ ਦੀ ਗੱਲ ਰਹੀ ਕਿਉਂਕਿ ਵਕੀਲ ਉਹਨਾਂ ਦੇ ਕੋਲ ਬਹੁਤ ਆ ਉਹ ਇਹਨਾਂ ਨੂੰ ਦੱਸ ਸਕਦੇ ਆ ਆ ਇੱਕ ਮੈਂ ਤੁਹਾਨੂੰ ਦੇਣਾ ਚਾਹੁੰਦਾ ਇਹ ਹੈ ਕਿ ਆ ਸਿੱਖ ਗੁਰਦੁਆਰਾ ਐਮੈਂਡਮੈਂਟ ਬਿਲ 216